ਗੁਲਜ਼ਾਰ ਬਾਈ ਮੈਨੂੰ ਹਰਿਆਣਵੀ ਸਿਖਾ ਰਹੇ ਸੀ। 15-20 ਦਿਨ ਇਹਨਾਂ ਨੇ ਬਹੁਤ ਮੱਥਾ ਮਾਰਿਆ, ਮੈਨੂੰ ਹਰਿਆਣਵੀ ਨਹੀਂ ਆਈ। ਇਹਨਾਂ ਨੇ 15-20 ਦਿਨ ਮੱਥਾ ਮਾਰਿਆ, ਮੈਂ 15 ਮਿੰਟਾਂ 'ਚ ਇਹਨਾਂ ਨੂੰ ਗਾਣਾ ਸਿਖਾਤੀਆਂ ਪੰਜਾਬੀ ਦੀਆਂ। ਬੈਠੋ, ਮਸਤੀ ਨਹੀਂ ਕਰ ਪਾਇਆ ਕਿਉਂਕਿ ਹਰਿਆਣਵੀ ਯਾਦ ਕਰਨੇ ਮੈਂ ਲਗਾ ਦਿੱਤਾ ਤਾ। ਆਪਕੀ ਪੂਰੀ ਕਲਾਸ ਚੱਲ ਰਹੀ ਹੈ, ਆਪਕੀ ਵੀ ਯੇ ਬਾਤ ਯਾਦ ਕਰਦੇ। ਹਾਂ ਸਰ, ਕੋ ਹੋਮਵਰਕ ਮਿਲਤਾ ਥਾ ਵੋ ਪੂਰਾ ਕਰਦੇ ਥੇ। ਸਭ ਸੇ ਡਾਸਾ ਡੀਜੇ ਵਾਲੇ ਬਾਬੂ ਦਾ। ਅੱਛਾ, ਮਤਲਬ ਤੁਸੀਂ ਉਹ ਚੀਜ਼ ਨੂੰ ਹਰਿਆਣਵੀ 'ਚ ਬੋਲੋ ਜਾਂ ਕਿੱਦਾਂ ਬੋਲੋ? ਕਿਹੜਾ ਸਾ ਡੀਜੇ ਵਾਲੇ ਬਾਬੂ ਕਿ ਛੋਰੂ ਛੋਰੇਗਾ ਅਸੀਂ ਉਹ ਕੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਟੇਸ਼ਨ ਵੇਖ ਰਹੇ ਹੋ ਅਤੇ ਮੈਂ ਜੱਸੀ ਵੜੈਚ। ਸੋ ਦੋਸਤੋ, ਮੇਰੇ ਨਾਲ ਅੱਜ ਪੂਰੀ ਟੀਮ ਮੌਜੂਦ ਆ, ਫਿਲਮ ਡੀਜੇ ਵਾਲੇ ਬਾਬੂ ਦੀ। ਕਹਿ ਸਕਦੇ ਹਾਂ ਕਿ ਕਮਾਲ ਦੀ ਅਦਾਕਾਰੀ ਆ, ਕਮਾਲ ਦੇ ਰਾਈਟਰ ਮੌਜੂਦ ਨੇ, ਡਾਇਰੈਕਟਰ ਮੌਜੂਦ ਨੇ। ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਡੀਜੇ 'ਤੇ ਕਿਹੜੇ ਕਿਹੜੇ ਪੰਗੇ ਪਾਏ ਨੇ। ਵੀਰੇ, ਪੰਜਾਬੀਆਂ ਦੀ ਆਦਤ ਹੁੰਦੀ ਹੈ ਨਾ, ਡੀਜੇ 'ਤੇ ਆਪਾਂ ਗੀਤਾਂ ਪਿੱਛੇ ਲੜਦੇ ਹੁੰਦੇ ਹਾਂ। ਸੋ ਫਿਲਮ ਦੇ ਵਿੱਚ ਕਿਹੜੇ ਕਿਹੜੇ ਪੰਗੇ ਹੋਣਗੇ ਡੀਜੇ ਵਾਲੇ ਬਾਬੂ ਨੂੰ ਲੈ ਕੇ? ਡੀਜੇ ਵਾਲੇ ਬਾਬੂ 'ਚ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਗੁਲਜ਼ਾਰ ਬਾਈ ਮੈਨੂੰ ਹਰਿਆਣਵੀ ਸਿਖਾ ਰਹੇ ਸੀ। 15-20 ਦਿਨ ਇਹਨਾਂ ਨੇ ਬਹੁਤ ਮੱਥਾ ਮਾਰਿਆ, ਮੈਨੂੰ ਹਰਿਆਣਵੀ ਨਹੀਂ ਆਈ। ਇਹਨਾਂ ਨੇ 15-20 ਦਿਨ ਮੱਥਾ ਮਾਰਿਆ, ਮੈਂ 15 ਮਿੰਟਾਂ 'ਚ ਇਹਨਾਂ ਨੂੰ ਗਾਣਾ ਸਿਖਾਤੀਆਂ ਪੰਜਾਬੀ ਦੀਆਂ। ਨਹੀਂ ਨਹੀਂ, ਹਮ ਤੋ ਗਾਲੀਆਂ ਨਹੀਂ ਨਿਕਾਲਦੇ ਬਾਈ ਨੂੰ, ਇੱਕ ਇੱਕਦਮ ਸਾਹੂ ਬਣ ਗਏ ਵੀ ਨਹੀਂ ਹੁਣ ਨਹੀਂ ਬੋਲਣਾ। ਮਜ਼ਾਕ ਕਰ ਰਿਹਾ, ਗਾਲਾਂ ਨਹੀਂ ਸਿਖਾਈਆਂ, ਸ਼ਬਦ ਸਿਖਾਇਆ ਇਹਨਾਂ ਨੂੰ ਆਪਾਂ। ਹਾਂਜੀ, ਅਗਲੀ ਵਾਰ ਅਸੀਂ ਫਿਲਮ ਬਣਾ ਰਹੇ ਹਾਂ ਗੰਡਾਸਾ ਡੀਜੇ ਵਾਲੇ ਬਾਬੂ ਦਾ। ਅੱਛਾ, ਮਤਲਬ ਤੁਸੀਂ ਉਹ ਚੀਜ਼ ਨੂੰ ਹਰਿਆਣਵੀ 'ਚ ਬੋਲੋ ਜਾਂ ਆਪਾਂ ਕਿੱਦਾਂ ਬੋਲੋ? ਕਿਹੜਾ ਸਾ ਡੀਜੇ ਵਾਲੇ ਬਾਬੂ ਕਿ ਛੋਰੂ ਛੋਰੇਗਾ ਅਸੀਂ ਉਹ ਕੀ। ਡੀਜੇ ਵਾਲੇ ਬਾਬੂ ਕੇ ਛੋਰੇਗਾ। ਆਪਣੀ ਤਾਂ ਪੰਜਾਬੀ ਵੀ ਇੱਦਾਂ ਦੀ ਹੁੰਦੀ ਹੈ ਵੀ ਇਹ ਕੈਸਾ ਟੋਆ ਪਾਟਾ ਹੈ ਨਾ, ਨੰਗਾ ਜਾਂ ਟਾਪਾ ਜਾਂਦਾ ਹੈ, ਅਤੇ ਹਰਿਆਣਵੀ ਤੁਹਾਡੇ ਥੋਟ ਕਿੱਦਾਂ ਆਇਆ ਹੁਣ ਇੱਦਾਂ? ਉਹ ਚੀਜ਼ ਨੂੰ ਕਿਵੇਂ ਤੁਸੀਂ ਪਕੜਦੇ ਵੀ ਹਰਿਆਣਵੀ ਲਿਖਣੀ? ਇਹ ਅਸੀਂ ਨਹੀਂ ਸੀ, ਸਾਨੂੰ ਧੱਕੇ ਨਾਲ ਲਿਖਾਈ ਗਈ ਸੀ ਪਹਿਲਾਂ, ਕਿਉਂਕਿ ਇਹ ਪ੍ਰੋਡਿਊਸਰ ਸਾਹਿਬ ਦੀ ਸੀ ਕਾਲ। ਉਹਨਾਂ ਨੇ ਸਾਨੂੰ ਜੋ ਦੱਸਿਆ ਸੀ, ਪਹਿਲਾਂ ਅਸੀਂ ਟੈਨਸ਼ਨ 'ਚ ਸੀ, ਜਦੋਂ ਗੁਲਜ਼ਾਰ ਬਾਈ ਦਾ ਨਾਮ ਆ ਗਿਆ ਫਿਰ ਅਸੀਂ ਕੌਨਫੀਡੈਂਸ 'ਚ ਹੋ ਗਏ, ਫਿਰ ਜਦੋਂ ਭਾਜੀ ਦਾ ਨਾਮ ਆ ਗਿਆ ਫਿਰ ਅਸੀਂ ਹੋਰ ਕੌਨਫੀਡੈਂਸ 'ਚ ਹੋ ਗਏ, ਫਿਰ ਸਾਰੀ ਫਿਲਮ ਬਹੁਤ ਅੱਛੀ ਲਿਖੀ ਗਈ, ਬਹੁਤ ਸੋਹਣੀ। ਬਾਈ ਸਾਡੇ ਮਨਦੀਪ ਭਾਈ ਨੇ ਡਾਇਰੈਕਟ ਕੀਤੀ, ਕਲਾਕਾਰਾਂ ਨੇ ਬਾ ਕਮਾਲ ਕੰਮ ਕੀਤਾ, ਅਤੇ ਅਸੀਂ ਬਾਈ ਦਾ ਫੈਨ ਆ ਸਾਡੇ ਮੁਕੇਸ਼ ਜੀ ਦੇ, ਅਤੇ ਹੋਰ ਵੀ ਕੌਨਫੀਡੈਂਸ ਵੱਧ ਗਿਆ। ਪੰਜਾਬੀ 'ਚ ਕਿਵੇਂ ਲੱਗਿਆ? ਹਾਂ, ਕਿੱਦਾਂ ਲੱਗਿਆ? ਮਤਲਬ ਤੁਹਾਨੂੰ ਪੰਜਾਬੀ ਦੀ ਬਾਈ ਹੋਰਾਂ ਤੋਂ ਕਿਹੜੀ ਤੁਸੀਂ ਘੈਂਟ ਚੀਜ਼ ਸਿੱਖੀ ਪੰਜਾਬੀ, ਜਿਹੜੀ ਤੁਹਾਨੂੰ ਘਰੇ ਆ ਕੇ ਤੁਸੀਂ ਬੋਲਦੇ ਹੋ ਵੀ ਯਾਰ ਮੈਨੂੰ ਸਮਝ ਆਉਂਦੀ ਹੈ ਤੁਹਾਨੂੰ ਮੈਂ ਪੰਜਾਬੀ ਬੋਲਦਾ? ਹਾਂਜੀ ਹਾਂਜੀ, ਸਿੱਖਣ ਦੀ ਗੱਲ ਕਰਦੇ ਹੋ ਤੁਸੀਂ? ਉਹ ਜਲੰਧਰ ਪੜਿਆ ਹੋਇਆ ਪੰਜਾਬੀ ਬੋਲਦਾ ਉਹ, ਫਿਰ ਆਪਾਂ ਐਵੇਂ ਗੁੱਥਮ ਗੁੱਥੀ ਹੋ ਜਾਂਦੇ। ਮਤਲਬ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਫਿਰ ਉਹ ਚੀਜ਼ ਦਾ? ਬਹੁਤ ਵਧੀਆ ਰਿਹਾ ਅਤੇ ਬਹੁਤ ਅੱਛਾ ਰਿਹਾ। ਔਰ ਪੰਜਾਬੀ 'ਚ ਬੋਲਣਾ ਹੁਣ ਆਪਣੇ, ਦੇਖਿਆ ਹਰਿਆਣਵੀ ਆਰਟਿਸਟ ਹੂੰ, ਉਸਕੋ ਜ਼ਿਆਦਾ ਰਿਪ੍ਰੈਜ਼ੈਂਟ ਕਰੋ ਤੋ ਅੱਛਾ ਹੈ। ਚੰਗੀ ਗੱਲ ਹੈ ਜੀ, ਤੋ ਬਹੁਤ ਬੜੀਆ ਰਹਾ, ਔਰ ਬਹੁਤ ਹੀ ਇੱਕ ਰਿਸਪੋਂਸਿਬਿਲਿਟੀ ਕੇ ਤੌਰ ਪਰ ਇਹ ਫਿਲਮ ਕੀ, ਇਤਨਾ ਅੱਛਾ ਬਜਟ ਲਗਾ ਇਸ ਫਿਲਮ ਪਰ, ਪਹਿਲੀ ਹਰਿਆਣਵੀ ਐਕਸ਼ਨ ਥ੍ਰਿਲਰ ਮੂਵੀ ਹੈ, ਇੱਕ ਰਿਸਪੋਂਸਿਬਿਲਿਟੀ ਕੇ ਤੌਰ ਪਰ ਇਸ ਫਿਲਮ ਕੋ ਪੂਰੀ ਕੀਆ ਹਮਨੇ, ਬਹੁਤ ਮਿਹਨਤ ਕੀ ਸਭ ਨੇ। ਓਕੇ ਜੀ, ਕੈਸੀ ਮਸਤੀ ਰਹਿਤੀ ਥੀ ਸਟੇਜ ਪਰ, ਸੈੱਟ ਪਰ? ਸੋਰੀ, ਮੈਂ ਤੋ ਮਸਤੀ ਨਹੀਂ ਕਰ ਪਾਇਆ ਕਿਉਂਕਿ ਹਰਿਆਣਵੀ ਯਾਦ ਕਰਨੇ ਮੈਂ ਲਗਾ ਦਿੱਤਾ ਤਾ। ਆਪਕੀ ਪੂਰੀ ਕਲਾਸ ਚੱਲ ਰਹੀ ਹੈ, ਆਪਕੀ ਵੀ ਯੇ ਬਾਤ ਯਾਦ ਕਰਦੇ। ਡਾਇਲੋਗ ਯਾਦ ਕਰਾਉਣ ਗਿਆ, ਉਹ ਬੋਲੇ ਜਦੋਂ ਮੈਂ ਕਰ ਦੂੰਗਾ, ਉਹ ਐਕਟਿੰਗ ਕਰਾਉਂਦਾ ਭਾਜੀ, ਐਸੇ ਬੋਲਣਾ ਮੈਨੂੰ, ਕਹਿੰਦੇ ਮੈਂ ਨਹੀਂ ਬੋਲਣਾ ਸੀ ਆਪਦੇ ਨਾਲ ਭਾਜੀ ਕੀ। ਹਾਂ, ਉਹ ਥੋੜ੍ਹਾ ਸਾ ਹੋਤਾ ਹੈ ਕਿ ਉਨਕੋ ਲਗਾ ਕਿ ਯੇ ਮੇਰੇ ਟਾਈਪ ਕੀ ਐਕਟਿੰਗ ਕਰ ਦੇਗਾ, ਉਨਕੋ ਉਨਕੋ ਲਗਾ ਕਿ ਵਿਲੇਨ ਹੈ ਤੋ ਐਸੇ ਹੀ ਬੋਲੇਗਾ ਉਹ, ਤੋ ਹਮ ਉਸ ਤਰੀਕੇ ਸੇ ਉਸਨੇ ਬੋਲਾ ਤੋ ਮੈਂ ਡਰ ਗਿਆ, ਮੈਨੂੰ ਲਗਾ ਕਿ ਛੇਵੀਂ ਕਲਾਸ ਮੈਂ ਐਸੇ ਹਮ ਲੋਗ ਨਾਟਕ ਕਰਦੇ ਥੇ ਨਾ ਵੈਸੇ ਬੋਲ ਰਹਾ ਉਹ, ਤੋ ਫਿਰ ਮੈਂ ਪੁੱਛਾ ਉਨਸੇ ਕਿ ਐਸੇ ਕਰਨਾ ਪੜੇਗਾ ਕਿਆ, ਤੋ ਮੈਨੇ ਕਹਾ ਨੈਕਸਟ ਫਲਾਈਟ ਹੀ ਪਕੜ ਲੇਤਾ ਹੂੰ ਫਿਰ। ਮੈਂ ਬਹੁਤ ਬੈਸਟ, ਆਪਕੋ ਕਿਆ ਚੀਜ਼ ਲੱਗੀ, ਮਤਲਬ ਹਰਿਆਣੇ ਕੇ ਕੌਨ ਸੇ ਸ਼ਬਦ ਆਪਕੋ ਲੱਗੇ ਨਾ ਕਿ ਬਹੁਤ ਮਿੱਠੀ ਲੈਂਗੁਏਜ ਆ ਹਰਿਆਣੇ ਕੀ? ਨਹੀਂ, ਲੈਂਗੁਏਜ ਨਿਸ਼ਚਿਤ ਤੌਰ ਪਰ ਸਾਰੀ ਲੈਂਗੁਏਜ ਅੱਛੀ ਹੋਤੀ, ਲੇਕਿਨ ਹਰਿਆਣਾ ਕਾ ਇੱਕ ਆਪਣੀ ਇਮੇਜ ਹੈ, ਹਰਿਆਣਾ ਕਾ ਮਤਲਬ ਇੱਕ ਸੈਂਸ ਆਫ ਹਿਊਮਰ ਫੇਮਸ ਹੈ, ਔਰ ਉਨਕਾ ਸੈਂਸ ਆਫ ਹਿਊਮਰ ਹੈ ਵੀ ਬਹੁਤ ਹੀ ਦਰਸ਼ਨ ਭਰਾ ਹੈ, ਤੋ ਲੇਕਿਨ ਅਬ ਐਜ਼ ਐਨ ਐਕਟਰ ਜਬ ਆਪ ਕਿਸੀ ਬੋਲੀ ਜਾਂ ਭਾਸ਼ਾ ਮੈਂ ਕਾਮ ਕਰਦੇ ਹੋ ਤੋ ਉਤਨੀ ਸਮਾਨ ਕੇ ਸਾਥ ਕਰਨਾ ਪੜਤਾ ਹੈ, ਆਪ ਉਸਕੋ ਐਵੇਂ ਹੀ ਨਹੀਂ ਲੈ ਸਕਤੇ, ਕਿਉਂਕਿ ਇੱਕ ਪ੍ਰੋਫੈਸ਼ਨਲ ਕਹਾਣੀ ਤਰੀਕੇ ਸੇ ਕਹਾਣੀ ਆਪ ਦਰਸ਼ਕੋ ਤੱਕ ਪਹੁੰਚਾ ਰਹੇ, ਯਦੀ ਮੈਂ ਉਹ ਆਪਣਾ ਸਭ ਕੁਛ ਸੋਚੂੰ ਕਿ ਮੈਂ ਐਸੇ ਹੀ ਬੋਲ ਦੂੰਗਾ ਔਰ ਐਸੇ ਹੀ ਹੋ ਜਾਏਗਾ ਔਰ ਡਬਿੰਗ ਮੈਂ ਠੀਕ ਕਰ ਲੇਂਗੇ, ਜਬ ਤੱਕ ਹਮਾਰੇ ਹੋਂਟੋ ਸੇ ਚੀਜ਼ ਨਹੀਂ ਨਿਕਲੀ ਉਹ ਡਬਿੰਗ ਮੈਂ ਠੀਕ ਕੈਸੇ ਹੋ ਜਾਏਗੀ, ਔਰ ਫਿਰ ਕੋ ਐਕਟਰ ਵੀ ਤੋ ਹੈ, ਕੋ ਐਕਟਰ ਤੱਕ ਉਹ ਇਮੋਸ਼ਨ ਮੈਂ ਨਹੀਂ ਪਹੁੰਚਾਊਂਗਾ ਤੋ ਮੈਂ ਆਪਣਾ ਤੋ ਖਰਾਬ ਕਰ ਹੀ ਰਹਾ ਹੂੰ ਉਸਕਾ ਵੀ ਖਰਾਬ ਕਰੂੰਗਾ, ਤੋ ਇੱਕ ਜ਼ਿੰਮੇਦਾਰੀ ਬਣਦੀ ਹੈ, ਔਰ ਜਬ ਹਮ ਸਭ ਲੋਕੋ ਨੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਰਾਈਟਰ ਨੇ ਐਕਟਰ ਨੇ ਜਬ ਸੋਚ ਕੇ ਹੈ ਕਿ ਹਮ ਇੱਕ ਕਮਰਸ਼ੀਅਲ ਸਿਨੇਮਾ ਦੇਣਾ ਚਾਹੀਏ ਹਮੇ ਹਰਿਆਣਵੀ ਫਿਲਮ ਮੈਂ ਹਰਿਆਣਾ ਮੈਂ, ਤੋ ਉਸਕੇ ਪ੍ਰਤੀ ਇੱਕ ਦ੍ਰਿਸ਼ਟੀ ਹੈ, ਉਸ ਦ੍ਰਿਸ਼ਟੀ ਕੋ ਆਪ ਮੈਂ ਕਮਤਰ ਨਹੀਂ ਦੇਖ ਸਕਤਾ ਹੂੰ, ਯਦੀ ਮੈਂ ਤਮਿਲ ਵੀ ਕਰਤਾ ਹੂੰ ਤੋ ਇਮਾਨਦਾਰੀ ਸੇ ਕਰਤਾ ਹੂੰ, ਸੁਬਹ 4 ਵਜੇ ਉੱਠ ਕੇ ਯਾਦ ਕਰਤਾ ਹੂੰ,
बगल वाले रूम में असिस्टेंट को रखता हूँ, तो यहाँ भी मेरा ये तरह भैया कि हेल्प कर दो यार प्लीज, तो आप बोलते तो कैसे बोलते, एक बार पढ़ के दिखा दो, तो हमेशा वे होता है, सो वी हैव टू गिव रिस्पेक्ट। अच्छा डबिंग तो याद आया, माहिरा ने बहुत तैयारी की थी डबिंग दी, तुसी डबिंग क्यों नहीं करवाई? तैयारी बहुत ज़्यादा सी, डब करवाया मैं, चेक करवा रहा एक्चुअली माही नूं कि तुसीं चेक करो किदां लग रहा थोनूं, तो इन्हां वल्लों भी अप्रूव सी, तो मैं कहा बहुत अच्छा, फिर तो अच्छा हो रहा। ऑडिशन बहुत लड़किया ने लाए उस विच, क्योंकि माही ऑलरेडी बहुत अच्छा वर्क करती है, मॉडल है माही, तो भाई ये दोनों इन्ने ईमानदार से काम प्रति। गुलजार भाई ने सिर्फ मैंने एक गल कही भी सिर्फ देखना है, अगर कर सकती है कुड़ी तो नहीं आप चेंज करा, कोई ईमानदार से सारे इन्होंने मैं कहा, भैन ने मेरे छोटे ने मैंने कहा भी वीरे जे तुहानू लग रहा मैं कर पाऊँ तो नहीं, कोई जबरदस्ती वाली गल नहीं, पांच लड़कियां सी जिहड़ियां सी अलग सी कर ले सी भी इन्हां चों, उन्हां सब तो वधिया इन्हां ने किया, फिर भाजी कहिंदे भी फिर आपां नूं इही ओके ने, इह सी गल, इह नहीं सी भी कोई थोपण वाली गल सारिआं दी, भाजी नूं वी कहता सी प्रोड्यूसर साहब नूं वी आपां देख लैंदे आ, क्योंकि सानूं पहलां पता नहीं सी इन्ने अच्छे आर्टिस्ट ने, गुलजार भाजी नूं तां असीं देखदे रहिंदे सीगे क्योंकि हरेक तरीके दा गाणा भी इन्हां दा है, क्योंकि एक्टिंग भी गाने च नाल करदे ने, उस गल करके तो यह तो बहुत वधिया हो गया सब, क्योंकि जोड़ी कट्ठी मिल गई सानू, नहीं असं अड्ड भाल देते हम बजट कर लिया करा नाले। अच्छा भाई मैं तुम्हें क्या केड़ा इदा का बेस्ट झूठ है सुनू डेली सुनने मिलता भाजी होर? झूठ मैं उठाऊंगी सुबह, गुजार जिम जाना है अभी 6 बजे, गुजार जिम जाना है अभी माही 8 बजे, और ऐसे ऐसे करते करते वो टाइम सारा निकल जाता है। तो मुझे लगता है कि झूठ क्यों नहीं जाना, तो डायरेक्टली बोल दो ना कि नहीं जाना, तैयारी कर रहा है जिम जाने की, तो मतलब वो बोलता है तैयारी हो रही है उसकी, तो डेफिनेट जाएगा वो, डेफिनेट जाएगा वो, पहला शुरू कर लिया करो अगले दिन करके देख लिया, ट्राई अलार्म लगा कर देख लिया, सुबह सुबह जल्दी उठा के देख लिया, बट नहीं उठना। मैं तो इंतजाम करता अगली फिल्म आप लिखांगे इदां दी, थोड़ी बॉडी चाहिए है। बिल्कुल करेंगे, लोगों ने देखे मेरे टैलेंट के बेस पे, अगर सिर्फ ऐसे छज्जे वाला लड़का बहुत घूमते हैं, मेरे टैलेंट के बेस पे, मेरी लिखाई के बेस पे लोगों ने मुझे पसंद किया है। अगर कोई और करेक्टर भी करता हूँ, मैं गंजा होकर भी करता हूँ, मगर मैं एक्ट ऐसा करता हूँ और लिखाई ऐसी, अगर उसके कंटेंट ऐसा हुआ कि लोगों के दिलों को छू गया, लोगों के आंसू आते वो इमोशनल सीन्स देख के, तो मैं करूँगा। सूरज वीर जो मुकेश जी के डायलॉग लिखते थे ना, तो की चलता जी थॉट के, क्योंकि अज तक इन्हों असी विलन लुक के वेखना थोड़ा बड़े डरते होंगे, इन्हों फिल्म देखते ना जो डायलॉग भी आया सगा उही आपके आप डर जी, अच्छा ये बड़े खतरनाक बंदे ने, सो थोड़ा जो लिख रहे थे? मैं पहला हिंदी फिल्म लिखी थी सारी, क्योंकि मैंने हरियाणवी नहीं आँगी, मैं दसिया गुलजार भाई बहुत अच्छे राइटर भी ने, क्योंकि गाने आप लिखते हैं, तो मेरी खुशकिस्मती थी क्योंकि मैं सारे दस के हटा भी पहली फिल्म साड़ी इकट्ठिया की होनी मंदी भाई दी, किसी कारण करके नहीं हो पाई, तो जो मैं भाजी ने मिले मैं बहुत बड़ा फैन हाँ इन्हों की सिंगिंग का, भाई की एक्टिंग का, तो पहले दिन मेरिया भी लत्तां कंब रही सी, मैं एडे वड्डे आर्टिस्ट ने जा रहे हैं पंजाबी बंदे हाँ, फिल्म पंगा हरियाणवी का लिया, पर भाजी ने जो छाती नाल ला के मैनू करिया मेरा तसली होगी, मैं भाजी थैंक्स तुसीं साडे लिखे शब्द बोले, तो साडे लई बहुत वड्डी गल है, गुलजार भाई ने फिल्म की, क्योंकि खुशकिस्मत होंगी जो एड्डी सोहनी टीम मिल जाती है तो फिर ईजी लगन लग जाता, जो सामने बंदी कोऑपरेट नहीं कर रहे फिर वो पहाड़ बन जाए ने चीज़ा, तो सारी टीम ही बड़ी प्यारी है, तो परमात्मा कृपा करे, मैं यही गल कहना जे फिल्म हिट होंगी है तो हरियाणे वाले लोगों को कम बहुत ज़्यादा होर खुलूगा, प्रोड्यूसर निकलेंगे उत्थों, एक्टर निकलेंगे, मैं यही गल कही सी पिछले इंटरव्यू च कि जे फिल्म हिट होंगी मुकेश भाजी ना, सब तो वड्डी गल की है जे कबड्डी का आप टूरनामेंट करवाने तो वह यह मकसद नहीं हुंदा कि आप हा हा ही करने या देखने जाने, उत्थों साडे बच्चे कई निकले हुंदे ने कबड्डी प्लेयर बन के, कुश्तियां हुंदियां ने तां किन्ने लोग नशे छड्ड के 5-10 बच्चे भी जे निकले सानूं लगदा साडा कम संपूर्ण हो गया। यह फिल्म दे विच हरियाणा जे हिट हुंदी है तां हरियाणे दे विच पता नहीं किन्ने आर्टिस्ट निकलणगे, प्रोड्यूसर निकलणगे, राइटर निकलणगे, क्योंकि बाई नूं देख के कहणगे यार मैं गुलजार वर्गी एक्टिंग करनी है, तो साडा सिनेमा वड्डा होगा, कम लई शोर्स वधणगे, क्योंकि एक फिल्म बनदी है तां 500-700 घर दा चुल्हा चलदा पॉपकॉर्न तक जाके, तो मैं अरदास करदा कि यह फिल्म सुपर हिट होवे, तो उस तो बाद हरियाणा दे विच असीं होर बहुत फिल्मां करिए, तो हरियाणे दे लोग होर अगे वधणे, कि हरियाणा पंजाब जदों भी इकट्ठा होया चाहे वह गल धरनिआं दी करिए,
ਚਾਹੇ ਆਪਾਂ ਕਿਸਾਨ ਅੰਦੋਲਨ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਸੀ ਅਤੇ ਅਸੀਂ ਇੱਕ ਫਿਲਮ ਕੀਤੀ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਨੂੰ ਬਹੁਤ ਭਰਵਾਂ ਹੁੰਗਾਰਾ ਮਿਲੂ ਕਿ ਪਾਕਿਸਤਾਨੀ ਕਲਾਕਾਰ ਜਦੋਂ ਆਉਂਦੇ ਆ ਪਿਆਰ ਵੱਧਦਾ ਅਤੇ ਇਸ ਫਿਲਮ ਨਾਲ ਪਿਆਰ ਵਧਾ ਇਹ ਹੋਰ ਅਤੇ ਬਾਬਾ ਕਿਰਪਾ ਕਰੇ ਫਿਰ ਬਹੁਤ ਜ਼ਿਆਦਾ ਕੰਮ ਕਰਾਂਗੇ ਹਰਿਆਣੇ 'ਚ ਵੀ। ਸੋ ਕਹਿ ਸਕਦੇ ਹਾਂ ਕਿ 14 ਤਰੀਕ ਨੂੰ ਫਿਲਮ ਰਿਲੀਜ਼ ਹੋਏਗੀ ਜੀ ਡੀਜੇ ਵਾਲਾ ਬਾਬੂ। ਮੇਰਾ ਲਾਸਟ ਸਵਾਲ ਹੈ ਵੀਰੇ, ਡੀਜੇ ਨੂੰ ਲੈ ਕੇ ਆਪਣਾ ਪੰਜਾਬੀ ਡੀਜੇ 'ਤੇ ਬੜਾ ਪੰਗਾ ਪੈਂਦਾ ਹੁੰਦਾ, ਕਿਤੇ ਤੁਹਾਡੇ ਨਾਲ ਘਟਨਾ ਹੋਈ ਕਿ ਡੀਜੇ ਨੂੰ 'ਤੇ ਪੰਗਾ? ਉਹ ਮੈਂ ਤੁਹਾਨੂੰ ਇਕੱਲੇ ਨੂੰ ਇੰਟਰਵਿਊ ਦੱਸੂਗੀ, ਜਿਹੜੇ ਮਹਾਨ ਸ਼ਖਸੀਅਤਾਂ ਖੜੀਆਂ ਨੇ ਮੈਂ ਬੋਲੂੰਗਾ, ਜੇ ਬਾਹਲਾ ਚੰਗਾ ਨਹੀਂ ਲੱਗਣਾ ਘਰੇ ਕਰਾਂਗੇ ਇੰਟਰਵਿਊ, ਬਥੇਰੇ ਡੀਜੇ 'ਤੇ ਪੰਗੇ ਪਏ ਨੇ ਅਤੇ ਬਹੁਤ ਪਿਆਰੀ ਟੀਮ ਹੈ ਅਤੇ ਬਾਬਾ ਭਾਗ ਲਾਵੇ ਅਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹੈ, ਤੁਹਾਡਾ ਵੀ ਬਹੁਤ ਥੈਂਕਸ ਹੈ ਤੁਸੀਂ ਸਾਡਾ ਸਹਿਯੋਗ। ਥੈਂਕ ਯੂ ਸੋ ਮਚ। ਮਿਲਦੇ ਆ ਜੀ 14 ਤਰੀਕ ਨੂੰ ਡੀਜੇ ਵਾਲੇ ਬਾਬੂ। ਸੋ ਕਮਾਲ ਦੀ ਕਹਾਣੀ ਦੇ ਨਾਲ, ਕਮਾਲ ਦੇ ਮਿਊਜ਼ਿਕ ਦੇ ਨਾਲ।